Jithe Jaye Bahye. Bhala Kahiye. Aavho sant pyare ho, akath ki karah kahani, karah kahani akath keri kit dware paiya. Tan man tan sab saump gur ko hukam manya paiya. ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੈ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਇਹ ਪਿਆਰੇ ਮਿੱਠੜੇ ਬੋਲ ਜੋ ਆਨੰਦ ਸਾਹਿਬ ਦੀ ਪਵਿੱਤਰ ਬਾਣੀ ਦੇ ਰਾਹੀਂ ਗੁਰੂ ਕੇ ਸਿੱਖ ਨੂੰ ਨਿੱਤ ਗੁਰਮਤ ਦੀ ਖੁਰਾਕ ਬਖਸ਼ਦੇ ਨੇ ਅੰਮ੍ਰਿਤ ਵੇਲੇ ਗੁਰੂ ਕੇ ਸਿੱਖ ਨਿਤਨੇਮ ਦੀਆਂ ਬਾਣੀਆਂ ਦੇ ਵਿੱਚ ਇਹ ਬਚਨ ਪੜ੍ਹਿਆ ਕਰਦੇ ਨੇ ਅਤੇ ਨਿਤਾ ਪ੍ਰਤੀ ਗੁਰਮਤ ਦੀਆਂ ਬੁਰਕੀਆਂ ਛੱਕ ਕੇ ਨਿਹਾਲ ਹੁੰਦੇ ਨੇ ਸਤਿਗੁਰਾਂ ਨੇ ਉਸ ਪ੍ਰਭੂ ਪਰਮਾਤਮਾ ਦੀ ਅਕਥ ਕਹਾਣੀ ਦਾ ਜ਼ਿਕਰ ਕਰਦਿਆਂ ਜੋ ਕਥਨ ਤੋਂ ਬਾਹਰ ਹੈ ਜੋ ਕਹਿਣ ਦੇ ਵਿੱਚ ਨਹੀਂ ਭਾਓ ਜਿਸ ਦੀ ਸਿਫਤ ਸਲਾਹ ਕਹਿਣ ਅਤੇ ਕਥਨ ਤੋਂ ਬਾਹਰ ਹੈ ਉਹ ਪ੍ਰਭੂ ਪਰਮਾਤਮਾ ਤਿਸ ਨੂੰ ਪ੍ਰਾਪਤ ਕਰਨ ਦੇ ਲਈ ਐਸੇ ਪਿਆਰੇ ਵਾਹਿਗੁਰੂ ਦੀ ਖੁਸ਼ੀ ਪ੍ਰਾਪਤ ਕਰਨ ਦੇ ਲਈ ਸਤਿਗੁਰੂ ਤੀਜੇ ਪਾਤਸ਼ਾਹ ਖਲਕਤ ਨੂੰ ਉਪਦੇਸ਼ ਸਾਂਝਾ ਕਰ ਰਹੇ ਨੇ ਉਹ ਕਿਵੇਂ ਪ੍ਰਾਪਤ ਹੋਵੇ ਜਦੋਂ ਇਸ ਅਵਸਥਾ 'ਤੇ ਅਪਣਾਂਗੇ ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਆ ਪਾਈਐ ਸਤ ਸੰਗਤ ਜੀ ਸੱਚ ਜਾਣਿਓ ਗੁਰੂ ਦੀ ਮਿੱਠੜੀ ਬਾਣੀ ਦੇ ਇਹ ਸੱਚੇ ਉਪਦੇਸ਼ ਜੋ ਜਗਤ ਦਾ ਭਲਾ ਕਰਨ ਦੀ ਖਾਤਰ ਸਤਿਗੁਰਾਂ ਨੇ ਸਭੇ ਸਾਂਝੀ ਵਾਲ ਸਦਾਏ ਤੂੰ ਕਿਸੇ ਨਾ ਦਿਸੈ ਬਾਹਰਾ ਜੀਓ ਸਾਰਿਆਂ ਨੂੰ ਇੱਕੋ ਜਿਹਾ ਸਾਂਝਾ ਉਪਦੇਸ਼ ਬਖਸ਼ ਕੇ ਨਿਹਾਲ ਕੀਤਾ ਜੇ ਇਹਨਾਂ ਉਪਦੇਸ਼ਾਂ ਨੂੰ ਗਉ ਨਾਲ ਵਿਚਾਰਨਾ ਕਰੀਏ ਗੁਰੂ ਦੀ ਭੈ ਭਾਵਨੀ ਵਿੱਚ ਜੀਵਨ ਜਿਉਣ ਦੀ ਜਾਚ ਆ ਜਾਏਗੀ ਸਤਿਗੁਰਾਂ ਨੇ ਬੜੇ ਪਿਆਰ ਦੇ ਨਾਲ ਬੜੇ ਸਾਦੇ ਢੰਗ ਦੇ ਨਾਲ ਇਹ ਗੱਲ ਸਮਝਾਈ ਤਾਂ ਜੋ ਕਿਸੇ ਅਨਪੜ੍ਹ ਕਮ ਅਕਲ ਜਾਂ ਹੋਛੀ ਮਤ ਵਾਲੇ ਨੂੰ ਵੀ ਇਹ ਗੱਲ ਸਿੱਧੇ ਢੰਗ ਨਾਲ ਸਹਿਜ ਸੁਭਾਏ ਸਮਝ ਆ ਜਾਵੇ ਗੂੜ ਵਿਚਾਰਾਂ ਬੜੀ ਸਾਦੀ ਭਾਸ਼ਾ ਦੇ ਵਿੱਚ ਗੁਰਮਤ ਦੇ ਅਨੁਸਾਰ ਗੁਰੂ ਸਾਹਿਬ ਨੇ ਜਗਤ ਨੂੰ ਸਮਝਾਈਆਂ ਤਨ ਮਨ ਧਨ ਸੌਂਪਣਾ ਕੀ ਹੈ ਜੋ ਗੁਰੂ ਕੇ ਪਿਆਰੇ ਇਹ ਪੰਕਤੀਆਂ ਨਿਤਾ ਪ੍ਰਤੀ ਪੜ੍ਹਦੇ ਨੇ ਉਹਨਾਂ ਦਾ ਜੀਵਨ ਮੁਬਾਰਕ ਹੈ ਸੱਚ ਜਾਣਿਓ ਜੇ ਕਿਤੇ ਆਪਣਾ ਇਹ ਤਨ ਇਹ ਸਰੀਰ ਗੁਰੂ ਨੂੰ ਸੌਂਪ ਦਿੱਤਾ ਜਾਵੇ ਗੁਰੂ ਦੇ ਚਰਨਾਂ ਵਿੱਚ ਅਰਪਣ ਕਰ ਦਿੱਤਾ ਜਾਵੇ ਤਾਂ ਜੀਵਨ ਦੀ ਕਾਇਆ ਪਲਟ ਹੋ ਜਾਵੇ ਇਸ ਜੀਵਨ ਨੂੰ ਸੁਚੱਜਾ ਮਾਰਗ ਪ੍ਰਾਪਤ ਹੋ ਜਾਵੇ ਨਿਤਾ ਪ੍ਰਤੀ ਪੜ੍ਹਨਾ ਮੁਬਾਰਕ ਹੈ ਪਰ ਸਭ ਤੋਂ ਉੱਚੀ ਅਵਸਥਾ ਹੈ ਇਹਨਾਂ ਪੰਕਤੀਆਂ ਨੂੰ ਪੜ੍ਹਦਿਆਂ ਇਹਨਾਂ ਨੂੰ ਵਿਚਾਰੀਏ ਅਤੇ ਵਿਚਾਰ ਕੇ ਜੀਵਨ ਵਿੱਚ ਸ਼ਾਮਲ ਕਰੀਏ ਸੱਚ ਜਾਣਿਓ ਗੁਰਮੁਖੋ ਜਿਸ ਦਿਨ ਇਹ ਸਰੀਰ ਇਹ ਤਨ ਇਹ ਕਾਇਆ ਮਨੁੱਖ ਨੇ ਆਪਾ ਭਾਵ ਮਿਟਾ ਕੇ ਗੁਰੂ ਦੇ ਪਵਿੱਤਰ ਚਰਨਾਂ ਵਿੱਚ ਸਮਰਪਣ ਕਰ ਦਿੱਤੀ ਉਸ ਦਿਨ ਕੀ ਕਿਰਪਾ ਹੋਵੇਗੀ ਜੇ ਇਹ ਸਰੀਰ ਗੁਰੂ ਦਾ ਬਣ ਗਿਆ ਗੁਰੂ ਦੇ ਪਾਵਨ ਚਰਨਾਂ ਵਿੱਚ ਸਮਰਪਿਤ ਹੋ ਗਿਆ ਫਿਰ ਇਹ ਸਰੀਰ ਕਦੇ ਮਾੜੇ ਕਰਮਾਂ ਵੱਲ ਪ੍ਰੇਰਿਤ ਨਹੀਂ ਹੋਏਗਾ
ਤੇ ਨਾ ਹੀ ਇਹ ਸਰੀਰ ਕਦੇ ਨਾਈਆਂ ਦੀ ਦੁਕਾਨਾਂ ਤੇ ਜਾਏਗਾ, ਨਾ ਹੀ ਇਸ ਸਰੀਰ ਨੂੰ ਕਦੇ ਕੋਈ ਮਨੁੱਖ ਕੈਂਚੀ ਜਾਂ ਉਸਤਰਾ ਲਾਉਣ ਦਾ ਯਤਨ ਕਰੇਗਾ, ਨਾ ਹੀ ਇਸ ਸਰੀਰ ਦੇ ਰੋਮਾਂ ਨੂੰ ਕੱਟਣ ਜਾਂ ਵੱਢਣ ਦਾ ਯਤਨ ਕਰੇਗਾ, ਕਿਉਂਕਿ ਇਹ ਸਰੀਰ ਤਾਂ ਗੁਰੂ ਨੂੰ ਅਰਪਣ ਕਰ ਦਿੱਤਾ। ਕਿ ਗੁਰੂ ਨੂੰ ਆਪਣਾ ਤਨ ਅਰਪਣ ਕਰਨ ਵੇਲੇ ਕੱਟਿਆ ਵੱਢਿਆ ਤਨ ਗੁਰੂ ਦੇ ਚਰਨਾਂ ਵਿੱਚ ਭੇਟਾ ਕਰਾਂਗੇ? ਗੁਰੂ ਤਾਂ ਸਾਬਤ ਸੂਰਤ ਪਾਲਦਾ, ਗੁਰੂ ਨੂੰ ਤਾਂ ਆਪਣੇ ਖਾਲਸੇ ਦੀ ਸਾਬਤ ਸੂਰਤ ਚੰਗੀ ਲੱਗਦੀ ਹੈ। ਇਹ ਕੱਟਿਆ ਤੇ ਵੱਢਿਆ ਤਨ ਕਿਵੇਂ ਗੁਰੂ ਦੇ ਚਰਨਾਂ ਵਿੱਚ ਭੇਟਾ ਕੀਤਾ ਜਾ ਸਕਦਾ? ਜੇ ਤਨ ਗੁਰੂ ਦੇ ਚਰਨਾਂ ਵਿੱਚ ਅਰਪਣ ਹੋ ਗਿਆ ਤੇ ਫਿਰ ਇਸ ਤਨ ਵਿੱਚ, ਇਸ ਸਰੀਰ ਵਿੱਚ ਕਿਸੇ ਪ੍ਰਕਾਰ ਦੀ ਬਾਹਰਲੀ ਛੇੜਛਾੜ ਨਹੀਂ ਹੋਵੇਗੀ। ਤੇ ਜੋ ਵੀਰ ਭੈਣਾਂ ਬੀਬੀਆਂ ਬਜ਼ੁਰਗ ਇਸ ਸਰੀਰ ਦੇ ਰੋਮਾਂ ਨਾਲ ਕਿਸੇ ਵੀ ਪ੍ਰਕਾਰ ਦੀ ਛੇੜਛਾੜ ਕਰਦੇ ਨੇ ਨਾ, ਉਹ ਕਦੇ ਇਹ ਦਾਅਵਾ ਨਾ ਕਰ ਦੇਣ ਕਿ ਅਸਾਂ ਇਹ ਸਰੀਰ ਗੁਰੂ ਨੂੰ ਅਰਪਣ ਕੀਤਾ ਹੋਇਆ। ਜੇ ਸਰੀਰ ਹੀ ਗੁਰੂ ਨੂੰ ਅਰਪਣ ਕਰ ਦਿੱਤਾ ਫਿਰ ਅਸੀਂ ਕੌਣ ਆ ਇਸ ਦੇ ਵਿੱਚ ਕਿਸੇ ਪ੍ਰਕਾਰ ਦੀ ਛੇੜਛਾੜ ਕਰੀਏ? ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਫਿਰ ਸੁਪਨੇ ਵਿੱਚ ਵੀ ਚਿਤ ਨਹੀਂ ਕਰੇਗਾ ਸਾਈਆਂ ਨਾਲ ਤੋੜ ਕੇ ਨਾਈਆਂ ਨਾਲ ਲਾਉਣ ਦਾ। ਫਿਰ ਕਿਵੇਂ ਕੋਈ ਸਿੱਖ ਨਾਈਆਂ ਦੀ ਦੁਕਾਨ ਤੇ ਜਾ ਕੇ, ਜਾਂ ਕਿਵੇਂ ਕੋਈ ਮੇਰੀ ਭੈਣ ਬਿਊਟੀ ਪਾਰਲਰ ਤੇ ਜਾ ਕੇ, ਜਾਂ ਹੋਰ ਕਿਸੇ ਢੰਗ ਨਾਲ ਇਹਨਾਂ ਰੋਮਾਂ ਨਾਲ ਜਾਂ ਇਹਨਾਂ ਕੇਸਾਂ ਦੀ ਬੇਅਦਬੀ ਕਰਨ ਦਾ ਕੋਈ ਯਤਨ ਕਰੇ, ਕੋਈ ਛੇੜਛਾੜ ਕਰਨ ਦਾ ਯਤਨ ਕਰੇ? ਸਤਸੰਗੀਓ, ਦੋਏ ਕਰ ਜੋੜ ਦਾਸ ਆਪ ਜੀ ਦੇ ਚਰਨਾਂ ਵਿੱਚ ਇੱਕ ਬੇਨਤੀ ਕਰਨੀ ਚਾਹੁੰਦਾ ਹੈ। ਜਦੋਂ ਸਾਈਆਂ ਅਤੇ ਨਾਈਆਂ ਦੀ ਗੱਲ ਹੋਵੇ ਨਾ, ਤੇ ਇੱਥੇ ਇੱਕ ਗੱਲ ਕਰਨੀ ਅਤ ਜ਼ਰੂਰੀ ਹੈ। ਦਾਸ ਦਾ ਕਿਸੇ ਜਾਤ ਦੇ ਨਾਲ ਜਾਂ ਕਿਸੇ ਦੀ ਕਿਰਤ ਦੇ ਨਾਲ ਕੋਈ ਵਿਤਕਰਾ ਨਹੀਂ। ਸਾਰਿਆਂ ਦੀ ਆਪਣੀ ਆਪਣੀ ਕਿਰਤ ਹੈ, ਜਿਵੇਂ ਪਰਿਪੂਰਨ ਪਰਮਾਤਮਾ ਨੇ ਸਭ ਨੂੰ ਬਖਸ਼ੀ ਹੋਈ ਹੈ। ਨਾ ਹੀ ਕਿਸੇ ਬਿਊਟੀ ਪਾਰਲਰ ਨਾਲ ਅਸਾਂ ਕੁਝ ਲੈਣਾ ਦੇਣਾ। ਗੱਲ ਤਾਂ ਖਾਲਸੇ ਨੂੰ ਗੁਰੂ ਦੇ ਘਰ ਵਿੱਚ ਪੈਦਾ ਹੋਏ ਨੌਜਵਾਨ ਨੂੰ, ਸਿੱਖ ਨੂੰ ਸਮਝਾਉਣ ਦੀ ਹੈ। ਸਿੱਖ ਸਾਰੇ ਧਰਮਾਂ ਦਾ ਪੂਰਨ ਸਤਿਕਾਰ ਕਰਦਾ ਹੈ। ਸਾਰੇ ਧਰਮ ਚੰਗੇ ਨੇ, ਸਾਰੇ ਮਨੁੱਖ ਚੰਗੇ ਨੇ। ਜਦੋਂ ਨਾਈ ਦੀ ਗੱਲ ਆਵੇ ਤਾਂ ਹੋ ਸਕਦਾ ਇਸ ਕਿੱਤੇ ਨਾਲ ਸੰਬੰਧਿਤ ਜਾਂ ਇਸ ਪ੍ਰਕਰਨ ਨਾਲ ਸੰਬੰਧਿਤ ਕਿਸੇ ਦਾ ਹਿਰਦਾ ਦੁਖਿਆ ਹੋਵੇ। ਇਸ ਲਈ ਇੱਕ ਯਤਨ ਹੁੰਦਾ ਹੈ ਕਥਾ ਕਹਿਰ ਨਾ ਬਣ ਜਾਵੇ, ਕਿਉਂਕਿ ਸਿੱਧੇ ਜਾਂ ਅਸਿੱਧੇ ਤੌਰ 'ਤੇ ਕਿਸੇ ਦਾ ਵੀ ਹਿਰਦਾ ਦੁਖਾਉਣ ਦਾ ਯਤਨ ਨਹੀਂ ਕਰਨਾ ਚਾਹੀਦਾ। ਇਸ ਲਈ ਇਸ ਗੱਲ ਨੂੰ ਦਾਸ ਗੁਰੂ ਦੀ ਕਿਰਪਾ ਨਾਲ ਸਪਸ਼ਟ ਕਰ ਦੇਵੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਦੇ ਵਿੱਚ ਜਿੱਥੇ ਗੁਰੂ ਸਾਹਿਬਾਂ ਦੀ ਪਵਿੱਤਰ ਬਾਣੀ ਦਰਜ ਹੈ, ਗੁਰੂ ਕੇ ਸਿੱਖਾਂ ਦੀ ਬਾਣੀ ਦਰਜ ਹੈ, ਉੱਥੇ ਮੇਰੇ ਪੰਜਵੇਂ ਪਾਤਸ਼ਾਹ ਨੇ ਖਲਕਤ ਦੇ ਉੱਤੇ ਤਰਸ ਕੀਤਾ ਅਤੇ ਸਮੇਂ ਦੇ 15 ਭਗਤਾਂ ਦੀ ਬਾਣੀ ਨੂੰ ਵੀ ਦਰਜ ਕੀਤਾ।
ਸਾਰਿਆਂ ਨੂੰ ਆਪਣੀ ਗਲਵਕੜੀ ਵਿੱਚ ਲਿਆ। ਕਿਸੇ ਪ੍ਰਕਾਰ ਦਾ ਜਾਤ ਵਰਣ ਦਾ, ਕਿਸੇ ਦੇ ਕਿੱਤੇ ਦਾ, ਜਾਂ ਸਿੱਧੇ ਅਸਿੱਧੇ ਤੌਰ 'ਤੇ ਕਿਸੇ ਦਾ ਕਾਣ ਨਹੀਂ ਕੀਤਾ, ਸਗੋਂ ਗੁਰਮਤ ਦੇ ਅਨੁਸਾਰ ਵਿਚਾਰਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਵਿੱਚ ਇਕੱਤਰ ਕੀਤਾ। ਜਿੱਥੇ ਅਸੀਂ 15 ਸੋਹਣੇ ਭਗਤਾਂ ਦੀ ਗੱਲ ਕਰਦੇ ਹਾਂ, ਉਹਨਾਂ ਭਗਤਾਂ ਦੇ ਵਿੱਚ ਭਗਤ ਸੈਣ ਦਾ ਵੀ ਜ਼ਿਕਰ ਆਉਂਦਾ ਹੈ, ਜੋ ਕਿ ਕਿੱਤੇ ਵਜੋਂ ਇੱਕ ਨਾਈ ਦਾ ਕੰਮ ਕਰਦਾ ਸੀ। ਸੈਣ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ, ਭਗਤਾਂ ਮੈਂ ਗਣਿਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਬਚਨ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਭਗਤ ਸੈਣ ਦੀ ਗੱਲ ਕਰਦਿਆਂ ਇਹ ਬਚਨ ਉਚਾਰੇ ਨੇ। ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਵਾ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੇ, ਭਲਕੇ ਰਾਜ ਦੁਆਰੇ ਜਾਈ। ਇਹਨਾਂ ਪੰਕਤੀਆਂ ਤੋਂ ਇਹ ਗੱਲ ਤਾਂ ਸਪਸ਼ਟ ਹੁੰਦੀ ਹੈ ਕਿ ਭਗਤ ਸੈਣ ਜੀ ਨਾਈ ਦੀ ਕਿਰਤ ਕਰਿਆ ਕਰਦੇ ਸਨ। ਜੇ ਕਿਸੇ ਦੀ ਕਿਰਤ ਜਾਂ ਜਾਤ ਦੇ ਨਾਲ ਗੁਰੂ ਸਾਹਿਬ ਨੇ ਕੋਈ ਵਿਤਕਰਾ ਕਰਨਾ ਹੁੰਦਾ ਨਾ, ਤੇ ਕਦੇ ਇਹਨਾਂ ਭਗਤਾਂ ਨੂੰ, ਇਹਨਾਂ ਦੀ ਪਵਿੱਤਰ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਾ ਕਰਦੇ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਉਹ ਤਾਂ ਸਭ ਦੇ ਸਾਂਝੇ ਪਿਤਾ ਨੇ। ਨਿਰੰਕਾਰ ਦੇ ਸੱਚੇ ਉਪਦੇਸ਼ ਨੂੰ ਦੁਨੀਆ ਤੱਕ ਪਹੁੰਚਾਉਣ ਦੀ ਖਾਤਰ ਗੁਰੂ ਸਾਹਿਬ ਨੇ ਸਾਰਿਆਂ ਨੂੰ ਆਪਣੀ ਗਲਵਕੜੀ ਵਿੱਚ ਲਿਆ। ਇਸ ਲਈ ਜਦੋਂ ਗੁਰੂ ਦਾ ਸਿੱਖ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦਾ ਹੈ, ਜਿੱਥੇ ਮੇਰੇ ਬਾਬੇ ਨਾਨਕ ਨੂੰ ਨਮਸਕਾਰ ਹੁੰਦੀ ਏ, 10 ਪਾਤਸ਼ਾਹੀਆਂ ਨੂੰ ਨਮਸਕਾਰ ਹੁੰਦੀ ਏ, ਗੁਰੂ ਕੇ ਪਿਆਰੇ ਸਿੱਖਾਂ ਨੂੰ ਨਮਸਕਾਰ ਹੁੰਦੀ ਏ, ਭਗਤ ਕਬੀਰ ਨੂੰ ਨਮਸਕਾਰ ਹੁੰਦੀ ਏ, ਭਗਤ ਫਰੀਦ ਨੂੰ ਨਮਸਕਾਰ ਹੁੰਦੀ ਏ, ਉੱਥੇ ਭਗਤ ਸੈਣ ਨਾਈ ਨੂੰ ਵੀ ਨਮਸਕਾਰ ਹੁੰਦੀ ਏ। ਸਿੱਖ ਉਹੀ ਹੈ ਜੋ ਕਿਸੇ ਪ੍ਰਕਾਰ ਦਾ ਜਾਤ ਪਾਤ ਦਾ ਵਿਤਕਰਾ ਨਾ ਕਰੇ। ਗੁਰੂ ਸਾਹਿਬ ਨੇ ਇਸੇ ਵਿਤਕਰੇ ਤੋਂ ਆਪਣੇ ਸਿੱਖ ਨੂੰ ਉੱਚਾ ਚੁੱਕਿਆ। ਪਰ ਜਦੋਂ ਅੱਜ ਦੇ ਨੌਜਵਾਨ ਨੂੰ ਸਮਝਾਉਣ ਦੀ ਲੋੜ ਪੈਂਦੀ ਹੈ, ਤੇ ਇੱਥੇ ਕਿਸੇ ਵਰਣ ਦੀ, ਕਿਸੇ ਕਿੱਤੇ ਦੀ ਜਾਂ ਕਿਸੇ ਜਾਤ ਦੀ ਗੱਲ ਨਹੀਂ, ਸਮਝਾਉਣ ਖਾਤਰ ਜ਼ਰੂਰ ਕਹਿਣਾ ਪੈਂਦਾ ਹੈ ਕਿ ਗੁਰੂ ਕਾ ਸਿੱਖ ਨਾਈ ਦੀ ਦੁਕਾਨ 'ਤੇ ਨਾ ਚੜ੍ਹੇ। ਪਾਓ ਕਿਸੇ ਵੀ ਢੰਗ ਨਾਲ ਕੇਸਾਂ ਦਾ ਕਾਣ ਨਾ ਕਰੇ। ਕੋਈ ਮਾਤਾ ਭੈਣ ਜਾਂ ਧੀ ਬਿਊਟੀ ਪਾਰਲਰ 'ਤੇ ਜਾ ਕੇ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਕਿਸੇ ਵੀ ਢੰਗ ਨਾਲ ਰੋਮਾਂ ਦੀ ਬੇਅਦਬੀ ਨਾ ਕਰੇ। ਮਕਸਦ ਤਾਂ ਕੇਵਲ ਇਸ ਗੱਲ ਨੂੰ ਸਮਝਾਉਣਾ, ਕਿਸੇ ਵੀ ਪ੍ਰਕਾਰ ਦਾ, ਕਿਸੇ ਜਾਤ ਪਤ ਦਾ ਵਿਤਕਰਾ ਨਹੀਂ। ਸਾਰੇ ਆਪਣੀ ਥਾਂ ਚੰਗੇ ਨੇ, ਸਾਰਿਆਂ ਦੀ ਕਿਰਤ ਉਹਨਾਂ ਨੂੰ ਮੁਬਾਰਕ ਹੈ। ਪਰ ਇੱਕ ਪ੍ਰਚਾਰਕ ਹੋਣ ਦੇ ਨਾਤੇ ਇਹ ਗੱਲ ਸਾਂਝੀ ਕਰਨੀ ਅਤ ਲਾਜ਼ਮੀ ਹੈ। ਸੋ ਇਸ ਲਈ ਕਈ ਵਾਰਾਂ ਗੁਰੂ ਦੀ ਕਿਰਪਾ ਨਾਲ ਦਾਸ ਅਤੇ ਹੋਰ ਗੁਰੂ ਦੇ ਪਿਆਰੇ ਪ੍ਰਚਾਰਕ ਇਹ ਗੱਲ ਕਹਿ ਦਿਆ ਕਰਦੇ ਨੇ ਕਿ ਸਿੱਖ ਨੇ ਨਾਈਆਂ ਕੋਲ ਨਹੀਂ ਜਾਣਾ। ਪਾਓ ਕੇਸਾਂ ਦਾ, ਰੋਮਾਂ ਦਾ ਕਾਣ ਨਹੀਂ ਕਰਨਾ। ਸੋ ਸਤਸੰਗੀ ਜਨੋ, ਜੇ ਇਹ ਤਨ, ਇਹ ਕਾਇਆ ਗੁਰੂ ਦੇ ਹਵਾਲੇ ਹੋ ਗਈ
ਜੇ ਇਸ ਤਨ ਨੂੰ ਗੁਰੂ ਦੇ ਚਰਨਾਂ ਵਿੱਚ ਲਾ ਦਿੱਤਾ ਤਾਂ ਫਿਰ ਕਿਵੇਂ ਇਸ ਸਰੀਰ ਵਿੱਚ ਰੋਮਾਂ ਦੀ ਕੱਟ ਵੱਢ ਕਰਾਂਗੇ? ਇਹ ਸਰੀਰ ਤਾਂ ਗੁਰੂ ਦਾ ਹੋ ਗਿਆ ਨਾ। ਜੇ ਸਾਡਾ ਹੈ ਹੀ ਕੁਝ ਨਹੀਂ ਤੇ ਸਾਨੂੰ ਫਿਰ ਛੇੜਛਾੜ ਕਰਨ ਦਾ ਇਸ ਸਰੀਰ ਵਿੱਚ ਕੋਈ ਹੁਕਮ ਨਹੀਂ ਤੇ ਨਾ ਹੀ ਕਿਸੇ ਪ੍ਰਕਾਰ ਦੀ ਲੋੜ ਹੈ। ਗੁਰੂ ਭਲਾ ਕਰੇ, ਕੇਵਲ ਤਨ ਦੀ ਹੀ ਗੱਲ ਨਹੀਂ, ਤੀਜੇ ਪਾਤਸ਼ਾਹ ਨੇ ਮਨ ਦੀ ਵੀ ਗੱਲ ਕੀਤੀ। ਇਸ ਮਨ ਨੂੰ ਗੁਰੂ ਦੇ ਚਰਨਾਂ ਵਿੱਚ ਵੇਚ ਦੇਣਾ, ਗੁਰੂ ਦਾ ਹੋ ਜਾਣਾ। ਜੇ ਮਨ ਹੀ ਗੁਰੂ ਨੂੰ ਵੇਚ ਦਿੱਤਾ ਤੇ ਹੁਣ ਆਪਣਾ ਹੈ ਕੀ? ਜੋ ਕਿਛ ਹੈ ਸੋ ਤੇਰਾ, ਮੇਰਾ ਮੁਝ ਮੈਂ ਕਿਛ ਨਹੀਂ। ਸਤਸੰਗੀਓ, ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਮੇਰੇ ਪੰਜਵੇਂ ਪਾਤਸ਼ਾਹ ਗੁਰਦੇਵ ਦਾਤਾ ਜੀ ਬੜੇ ਪਿਆਰ ਭਰੇ ਬਚਨ ਕਰਦੇ ਨੇ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਜਿਹਨੇ ਗੁਰੂ ਚਰਨਾਂ ਵਿੱਚ ਆਪਣਾ ਮਨ ਵੇਚਿਆ, ਸਤਿਗੁਰਾਂ ਨੇ ਐਸੇ ਸੇਵਕ ਦੀ ਬਾਂਹ ਫੜ ਲਈ, ਫਿਰ ਉਸ ਸੇਵਕ ਦਾ ਕੋਈ ਕੰਮ ਰੁਕਦਾ ਨਹੀਂ। ਤਿਸ ਸੇਵਕ ਕੇ ਕਾਰਜ ਰਾਸ, ਕਿਉਂਕਿ ਗੁਰੂ ਦਾ ਸੁਭਾਅ ਏ ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਆਪੇ ਰੱਖੈ। ਪਰ ਇਹ ਕਿਰਪਾ ਕਰਦੋਂ ਹੁੰਦੀ ਏ ਜਦੋਂ ਆਪਣੀਆਂ ਚਤਰ ਚਲਾਕੀਆਂ ਸਿਆਣਪਾਂ ਚਤਰਾਈਆਂ ਛੱਡ ਕੇ ਸਭ ਕੁਝ ਗੁਰੂ ਨੂੰ ਅਰਪਣ ਕਰ ਦਈਏ, ਭਾਵੇਂ ਮਨ ਨੂੰ ਗੁਰੂ ਦੇ ਚਰਨਾਂ ਵਿੱਚ ਅਰਪਣ ਕਰਨਾ ਹੈ ਤਾਂ ਔਖਾ, ਪਰ ਜਿਨ੍ਹਾਂ ਨੇ ਇਸ ਪੌੜੀ ਨੂੰ ਚੜ੍ਹਨ ਦਾ ਯਤਨ ਕੀਤਾ, ਜੋ ਇਸ ਪੌੜੀ 'ਤੇ ਚੜ੍ਹ ਗਏ ਨਾ, ਉਹਨਾਂ ਨੇ ਜੀਵਨ ਵਿੱਚ ਹਰ ਪ੍ਰਕਾਰ ਦੀ ਸਫਲਤਾ ਨੂੰ ਪ੍ਰਾਪਤ ਕਰ ਲਈ। ਕਿਉਂਕਿ ਇਹ ਮਨ ਹੀ ਜਦੋਂ ਤੱਕ ਨਾ ਮੰਨੇ ਇਹ ਸਰੀਰ ਗੁਰਦੁਆਰੇ ਨਹੀਂ ਜਾਂਦਾ। ਸਿਆਣੇ ਆਖਦੇ ਨੇ ਇਹ ਮਨ ਇੰਜਨ ਹੈ ਤੇ ਸਰੀਰ ਗੱਡੀ ਦੇ ਡੱਬੇ ਨੇ, ਟ੍ਰੇਨ ਦੇ ਕੰਪਾਰਟਮੈਂਟਸ ਨੇ, ਬੋਗੀਆਂ ਨੇ। ਤੇ ਹੁਣ ਤੁਸੀਂ ਆਪ ਸਿਆਣੇ ਹੋ, ਜਿੱਥੇ ਜਿੱਥੇ ਇੰਜਨ ਜਾਵੇ ਗੱਡੀ ਦੀਆਂ ਬੋਗੀਆਂ ਨੂੰ ਉਹਦੇ ਮਗਰ ਮਗਰ ਤੁਰਨਾ ਪੈਂਦਾ। ਇਹ ਮਨ ਜਿਵੇਂ ਚਾਹੇ ਇਸ ਸਰੀਰ ਨੂੰ ਚਲਾਉਂਦਾ। ਕਈ ਵਾਰਾਂ ਜੇ ਮਨ ਟੀਵੀ ਦੇ ਅੱਗੇ ਬੈਠਣਾ ਚਾਹੇ, ਕੋਈ ਭੈੜਾ ਚੈਨਲ ਵੇਖਣਾ ਚਾਹੇ, ਤੇ ਇਹਨਾਂ ਹੱਥਾਂ ਨੂੰ ਰਿਮੋਟ ਦੇ ਨਾਲ ਉਹ ਚੈਨਲ ਲਾਉਣਾ ਪੈਂਦਾ, ਇਹਨਾਂ ਅੱਖਾਂ ਨੂੰ ਉਹ ਚੈਨਲ ਦੇਖਣਾ ਪੈਂਦਾ, ਕਿਉਂਕਿ ਮਨ ਚਾਹੁੰਦਾ। ਜੇ ਕਿਤੇ ਮਨ ਨੂੰ ਸਵਾਰ ਲਿਆ ਜਾਏ ਨਾ, ਤੇ ਸੱਚ ਜਾਣਿਓ ਤਨ ਸਵਰਿਆ ਹੀ ਪਿਆ, ਫਿਰ ਤਨ ਦਾ ਕੁਝ ਨਹੀਂ ਵਿਗੜਦਾ। ਮਨ ਨੂੰ ਸਵਾਰਨਾ, ਤੇ ਮਨ ਕਿਵੇਂ ਸਵਰੇ? ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆਂ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜੱਗ ਤੇਰਾ ਹੋਏ। ਇਸ ਮਨ ਨੂੰ ਗੁਰੂ ਚਰਨਾਂ ਨਾਲ ਲਾਉਣ ਦਾ ਯਤਨ ਕਰੀਏ। ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਏ। ਇਸ ਚਿੱਤ ਨੂੰ, ਇਸ ਮਨ ਨੂੰ ਗੁਰੂ ਉਪਦੇਸ਼ ਅਨੁਸਾਰ ਢਾਲਣ ਦਾ ਯਤਨ ਕਰੀਏ। ਗੁਰੂ ਦੀ ਕਿਰਪਾ ਦੇ ਪਾਤਰ ਬਣੀਏ। ਸਤਿਗੁਰਾਂ ਨੇ ਬਾਣੀ ਦੇ ਵਿੱਚ ਕਈ ਥਾਂ 'ਤੇ ਕੁਝ ਇਸ ਪ੍ਰਕਾਰ ਦੇ ਬਚਨ ਕੀਤੇ ਨੇ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁੰਦਰ ਸਰੂਪ ਦੇ ਵਿੱਚ ਇੱਕ ਥਾਂ 'ਤੇ ਬਚਨ ਆਉਂਦਾ, ਜਾਗ ਰੇ ਮਨ ਜਾਗਨ ਹਾਰੇ। ਕਈ ਵਾਰਾਂ ਹੈਰਾਨੀ ਹੁੰਦੀ ਏ, ਜੇ ਗੁਰਮਤ ਨੂੰ ਸਹੀ ਢੰਗ ਨਾਲ ਨਾ ਜਾਣਿਆ ਹੋਵੇ ਤੇ ਅਣਜਾਣ ਪੁਰਸ਼ ਇਹ ਪੁੱਛ ਲਿਆ ਕਰਦੇ ਨੇ, ਸੁੱਤਾਂ 'ਤੇ ਸਰੀਰ ਹੋਇਆ ਪਰ ਸਤਿਗੁਰੂ ਸਰੀਰ ਨੂੰ ਵਾਜਾਂ ਨਹੀਂ ਮਾਰ ਰਹੇ, ਮਨ ਨੂੰ ਵਾਜਾਂ ਮਾਰ ਰਹੇ ਨੇ। ਬਿਸਤਰ 'ਤੇ ਤਾਂ ਕਾਇਆ ਪਈ ਹੋਈ ਏ, ਬਾਡੀ ਪਈ ਹੋਈ ਏ, ਸਰੀਰ ਸੁੱਤਾ ਪਿਆ ਅਤੇ ਮੇਰੇ ਗੁਰਦੇਵ ਪਿਤਾ ਬਚਨ ਕਰਦੇ ਨੇ ਜਾਗ ਰੇ ਮਨ ਜਾਗਣ ਹਾਰੇ। ਇੱਥੇ ਤਨ ਨੂੰ ਜਗਾਉਣ ਦੀ ਗੱਲ ਨਹੀਂ, ਗੁਰਦੇਵ ਪਾਤਸ਼ਾਹ ਮਨ ਨੂੰ ਜਗਾਉਣ ਦੀ ਗੱਲ ਕਰ ਰਹੇ ਨੇ। ਸਤਸੰਗੀ ਜਨੋ, ਇਸ ਗੱਲ ਨੂੰ ਸਮਝਣਾ ਕਰੀਏ, ਵਿਚਾਰਨਾ ਕਰੀਏ। ਗੁਰਦੇਵ ਪਾਤਸ਼ਾਹ ਜਨਮਾਂ ਜਨਮਾਂ ਤੋਂ ਸੁੱਤੇ ਹੋਏ ਮਨ ਨੂੰ ਗੁਰਬਾਣੀ ਰੂਪੀ ਜਲ ਦੇ ਛਿੱਟੇ ਦੇ ਕੇ ਜਗਾ ਰਹੇ ਨੇ। ਉਹ ਮਨਾ ਜਾਗ ਪਓ, ਉਮਰਾਂ ਬੀਤ ਗਈਆਂ ਸੁੱਤਿਆਂ ਹੋਇਆਂ, ਬਹੁਤ ਸਮਾਂ ਲੰਘ ਗਿਆ ਅਗਿਆਨ ਦੀ ਕੂਕ ਨੀਂਦਰੇ ਸੁੱਤਾ ਪਿਆ, ਹੁਣ ਤਾਂ ਜਾਗ ਪਾਉ, ਕਦੋਂ ਤੱਕ ਸੁੱਤਾ ਰਹੇਗਾ। ਗੁਰਮਤ ਗਿਆਨ ਦੇ ਅੰਮ੍ਰਿਤ ਰੂਪੀ ਛਿੱਟੇ ਬਖਸ਼ਦਿਆਂ ਇਸ ਮਨ ਨੂੰ ਗੁਰਬਾਣੀ ਦੇ ਰਾਹੀਂ ਗੁਰਦੇਵ ਪਾਤਸ਼ਾਹ ਜਗਾਉਣਾ ਚਾਹੁੰਦੇ ਨੇ, ਕਿਉਂਕਿ ਗੁਰਦੇਵ ਪਾਤਸ਼ਾਹ ਭਲੀ ਭਾਂਤ ਜਾਣਦੇ ਨੇ, ਜੇ ਇਹ ਮਨ ਜਾਗ ਪਿਆ ਤੇ ਸਰੀਰ ਫੇਰ ਸੂਰਜ ਦੀ ਟਿੱਕੀ ਚੜ੍ਹਨ ਤੱਕ ਸੁੱਤਾ ਨਹੀਂ ਰਹੇਗਾ। ਜੇ ਮਨ ਜਾਗ ਪਿਆ ਤੇ ਤਨ ਨੂੰ ਅੰਮ੍ਰਿਤ ਵੇਲੇ ਉੱਠਣਾ ਪਏਗਾ। ਜੇ ਮਨ ਜਾਗ ਪਿਆ ਤੇ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਪੜ੍ਹ ਕੇ ਸਿਮਰਨ ਦੇ ਰਾਹੀਂ ਵਾਹਿਗੁਰੂ ਦਾ ਚੇਤਾ ਕਰਕੇ ਫੇਰ ਇਸ ਸਰੀਰ ਨੂੰ ਆਪਣੇ ਆਪ ਸਹਿਜ ਸੁਭਾਏ ਗੁਰਦੁਆਰੇ ਸੰਗਤ ਲਈ ਜਾਣਾ ਪਏਗਾ। ਨਿੱਤ ਦੀ ਸੰਗਤ ਕਰਦਿਆਂ ਇਹਨਾਂ ਨੇਤਰਾਂ ਨੂੰ ਜਦੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਹੋਣਗੇ, ਇਹਨਾਂ ਕੰਨਾਂ ਦੇ ਵਿੱਚ ਗੁਰਬਾਣੀ ਦੇ ਮਿੱਠੜੇ ਬਚਨ ਪੈਣਗੇ ਤੇ ਗੁਰੂ ਕਾ ਸਿੱਖ ਇਸ ਰਸਨਾ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਰਦਿਆਂ ਉਸ ਅਜੱਪਾ ਜਾਪ ਦੇ ਵਿੱਚ ਜੁੜੇਗਾ ਤੇ ਇਹਨਾਂ ਹੱਥਾਂ ਦੇ ਨਾਲ ਗੁਰੂ ਕੇ ਸਿੱਖਾਂ ਦੀ, ਗੁਰੂ ਘਰ ਦੀ ਸੋਹਣੀ ਸੇਵਾ ਕਰੇਗਾ। ਜੇ ਮਨ ਜਾਗ ਪਿਆ ਤੇ ਇਹ ਤਨ ਪਵਿੱਤਰ ਹੋ ਜਾਏਗਾ, ਗੁਰੂ ਚਰਨਾਂ ਨਾਲ ਜੁੜ ਜਾਏਗਾ, ਪਰ ਜਦੋਂ ਤੱਕ ਮਨ ਨਹੀਂ ਜਾਗਿਆ ਤਾਂ ਤੱਕ ਇਹ ਤਨ ਕਬਰਾਂ ਨੂੰ ਵੀ ਮੱਥੇ ਟੇਕੇਗਾ, ਪੰਡਤਾਂ ਦੇ ਕੋਲੋਂ ਬਾਹਾਂ ਤੇ ਮੌਲੀਆਂ ਵੀ ਬਣਵਾਏਗਾ, ਮੱਥੇ ਤੇ ਟਿੱਕੇ ਵੀ ਲਵਾਏਗਾ ਤੇ ਝੂਠੇ ਸਾਧਾਂ ਦੇ ਡੇਰਿਆਂ ਤੇ ਜਾ ਕੇ ਆਪਣੇ ਜੀਵਨ ਨੂੰ ਉਸ ਭੀੜ ਦੇ ਵਿੱਚ ਰੋਲ ਵੀ ਦੇਵੇਗਾ, ਜਿਸ ਭੀੜ ਤੋਂ ਮੇਰੇ ਗੁਰੂ ਸਾਹਿਬ ਨੇ ਬਚਾ ਕੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ ਸੀ। ਜੇ ਇਹ ਮਨ ਜਾਗ ਪਿਆ ਤੇ ਸੱਚ ਜਾਣਿਓ, ਫੇਰ ਗੁਰੂ ਕਾ ਸਿੱਖ ਵਰਤ, ਸ਼ਰਾਧ, ਸ਼ਗਨ, ਅਪਸ਼ਗਨ ਤੋਂ ਉੱਚਾ ਉੱਠ ਕੇ ਸ਼ਬਦ ਗੁਰੂ ਦੇ ਚਰਨਾਂ ਦਾ ਭੌਰਾ ਬਣ ਕੇ ਜੀਵਨ ਨੂੰ ਸਫਲ ਕਰਨ ਦੇ ਮਾਰਗ 'ਤੇ ਟੁਰ ਪਏਗਾ। ਜੇ ਇਹ ਮਨ ਜਾਗ ਪਿਆ ਤੇ ਤਨ ਨਿਤਾ ਪ੍ਰਤੀ ਦੀ ਸੰਗਤ ਦੇ ਵਿੱਚੋਂ, ਕੀਰਤਨ ਦੇ ਅਖਾੜਿਆਂ ਦੇ ਵਿੱਚੋਂ ਉਸ ਗੁਰੂ ਦੇ ਚਰਨਾਂ ਦਾ ਭੌਰਾ ਬਣ ਕੇ ਗੁਰੂ ਦੀ ਖੁਸ਼ੀ ਲੱਭੇਗਾ। ਸਤਿਗੁਰਾਂ ਦਾ ਪਾਵਨ ਬਚਨ ਹੈ, ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਮੋਲ। ਜਿਨ੍ਹਾਂ ਗੁਰਮੁਖਾਂ ਨੇ ਇਹ ਮਨ ਗੁਰੂ ਦੇ ਚਰਨਾਂ ਵਿੱਚ ਅਰਪਣ ਕੀਤਾ, ਇਹ ਮਨ ਗੁਰੂ ਨੂੰ ਵੇਚ ਦਿੱਤਾ, ਗੁਰੂ ਦੇ ਹੋ ਗਏ। ਜੀਵਨ ਵਿੱਚੋਂ ਕਿੰਤੂ ਪਰੰਤੂ ਹੋਰ ਕਈ ਪ੍ਰਕਾਰ ਦੇ ਕੁਐਸਚਨ ਮਾਰਕਸ ਕੱਢ ਦਿੱਤੇ ਤੇ ਜੀਵਨ ਵਿੱਚ
ਗੁਰਮਤ ਪ੍ਰਗਟ ਹੋ ਗਈ ਨਾ ਤਾਂ ਸਮਝ ਲੈਣਾ ਇਹ ਰੱਬ ਦੇ ਨਾਲ ਨੇੜਤਾ ਦੀਆਂ ਨਿਸ਼ਾਨੀਆਂ ਨੇ। ਪਰ ਇਹ ਕਿਰਪਾ ਕਦੋਂ ਹੋਵੇ? ਜਦੋਂ ਇਸ ਤਨ ਨੂੰ, ਇਸ ਮਨ ਨੂੰ ਗੁਰੂ ਚਰਨਾਂ ਵਿੱਚ ਅਰਪਣ ਕਰੀਏ। ਫੇਰ ਸਹਿਜ ਸੁਭਾਏ ਰਸਨਾ ਤੋਂ ਇਹ ਆਵਾਜ਼ ਆਉਣੀ ਏ, ਇਹ ਬਚਨ ਨਿਕਲਣੇ ਨੇ, ਮੈਂ ਬੰਦਾ ਬਹਿ ਖਰੀਦ ਸੱਚ ਸਾਹਿਬ ਮੇਰਾ, ਜੀਉ ਪਿੰਡ ਸਭ ਤਿਸਦਾ, ਸਭ ਕਿਛ ਹੈ ਤੇਰਾ, ਮਾਣ ਨਿਮਾਣੇ ਤੂੰ ਧਣੀ, ਤੇਰਾ ਪ੍ਰਭਾਸਾ ਬਿਨ ਸਾਚੇ ਅਨਟੇਕ ਹੈ, ਸੋ ਜਾਣੋ ਕਾਚਾ, ਤੇਰਾ ਹੁਕਮ ਅਪਾਰ ਹੈ, ਕੋਈ ਅੰਤ ਨਾ ਪਾਏ, ਜਿਸ ਗੁਰਪੂਰਾ ਭੇਟ ਸੀ ਸੋ ਚਲੇ ਰਜਾਏ, ਚਤੁਰਾਈ ਸਿਆਣਪਾਂ ਕਿਤੇ ਕੰਮ ਨਾ ਆਈਐ, ਤੁੱਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈਐ, ਜੇ ਲੱਖ ਕਰਮ ਕਮਾਈਐ ਕਿਛ ਪਵੈ ਨਾ ਬੰਧਾ, ਜਨ ਨਾਨਕ ਕੀਤਾ ਨਾਮ ਧਰ ਹੋਰ ਛੋੜਿਆ ਤੰਦਾ। ਜਿੱਥੇ ਜਾਏ ਬਹਿਏ ਭਲਾ ਕਹੀਏ।